ਦਾਨ ਮੇ ਲਗਾ ਗਲੇ ਸਾਲ ਅਗਲੇ ਸਾਲ ਹਾਂ ਉਹ ਵੀ ਮਿਲ ਗਿਆ ਸਰਕਾਰ ਤੋਂ ਕਹਿ ਲਈ 14 ਦਿਨ ਮੈਂ ਕਿੰਨੇ ਦਾ ਭੁਗਤਾਨ ਕਰ ਰਹੇ ਸਰਕਾਰ ਤੁਹਾਨੂੰ ਵੀ ਕਹਿ ਦੀ ਗੱਲ ਲਗਾ ਕਿ ਉਹ ਗੋਗਰ ਮੀਲ ਦਾ ਰਸਤਾ ਹੈ ਗਲਾ ਢੇਰ ਵਧੀਆ ਰਸਤਾ ਬਣਾ ਕੇ ਦੇ ਰੱਖਾ ਸੁਰੇਸ਼ ਰਾਣਾ ਨੇ ਖੁਦ ਕਹਾ ਗਲਾ ਢੇਰ ਵਧੀਆ ਰਸਤਾ ਹੈ ਮੇਰੀ ਗੇਲ ਬੁੱਗੀਆਂ ਬਾਟੋ ਰਸਤਾ ਦੇਖੋ ਹਾਂ ਜੋਟਾ ਕਿਦਣੇ ਦਿਨ ਭੈ ਤੇਰੇ ਭਾਈ ਉਹ ਜੋਟਾ ਦਾ ਜੀਬ ਦਾ ਮਾਰੇ ਬੜੂ ਦਾ ਜੀਬ ਤਾਂ ਚੱਲੀ ਰਾ ਜੋਟਾ ਦਾ ਮਾਰੇ ਪਰ ਹੋਈ ਜਾ ਯਾਨੀ ਕਿ ਜੋਟਾ ਸੁਰਖਸੀਤ ਹੈ ਖੁੱਲਿਆ ਖਜ਼ਾਨੀ ਬਲੋ ਨਾ ਜੋਟਾ ਕਾ ਗੁਲਾਗਾ ਮਾਰੇ ਅੱਲਾ ਠਮਾ ਦਾ ਮਾਮ ਕਾ ਖੁਲਣ ਦੇਗਾ ਜੋਟਾ ਕਾਨੂੰਨ ਵਿਵਸਥਾ ਮਜ਼ਬੂਤ ਹੈ ਬੋਧੀ ਆ

ਇਹ ਭਾਜਪੀ ਵਾਲੇ ਤਾਂ ਭਲੇ ਤਾਂ ਕਰਦੇ ਇਹ ਦਾਂਦਲਾ ਬਾਜੀ ਆਇਆ ਨਾ ਉਸਾ ਕਰਕੇ ਜਿੱਤ ਗਿਆ ਭਲੇ ਜਿੱਤ ਗਿਆ ਠੀਕ ਠਾਕ ਮੰਨ ਜਿੱਤ ਤੇ ਨੁਗ ਹੈ ਸਮਾਜਵਾਦੀ ਪਾਰਟੀ ਦੀ ਸਰਕਾਰ ਮੈਂ ਗੁੰਡਾ ਕਰ ਦਿਓ ਅਰ ਇਹਦੇ بڑے ਗੁੰਡੇ ਹੈ ਕੌਣ ਸੇ ਅਰੇ ਕੈਸੀ ਬਾਤ ਕਰ ਰਿਹਾ ਗੁੰਡੇ ਸਾਰੇ ਜੇਲ੍ਹ ਮੈਂ ਪਾੜ ਦਈਏ ਇਹਦੇ بڑے ਗੁੰਡੇ ਹੀ ਨੇ ਕੌਣ ਸੇ ਕੌਣ ਬੈਠਾ ਮੰਜਾ ਬਤਾਓ ਹੂੰ ਬਤਾਓ ਕੌਣ ਬੈਠਾ ਅਰੇ ਠੀਕ ਹੈ ਅਮਨ ਸਰ ਸਭ ਜੋ ਹੈ ਜੇਲ੍ਹੋਂ ਮੈਂ ਪੜੇ ਕੌਣ ਬੈਠਾ ਕੋਈ ਨਹੀਂ ਬੈਠਾ ਗਰ ਲਿਓ ਬੈਠੇ ਜੋ ਹੈ ਬਾਬਾ ਜੀ ਇਹ ਇਹ ਬਾਬਾ ਜੀ ਦਾ ਵਗਾ ਲੋਟਾ ਵਹੀਂ ਸੀ ਟਾਲਾ ਵਜਾਵਾਂਗਾ ਰਾਤ ਮਾ ਕਰ ਮੰਡਲ ਲਿਆ ਕ ਗੁੰਗਾਵਾਂਗੇ हां इन्हें कहता ताला बजवा देंगे बगे नु बारे करण अगर मुजफ्फरनगर की गर्मी शांत कर देंगे 10 मार्च में मेरी तो गर्मी आज लगे थी बस शांत हुई ओ ना हुआ सन 69 का गर्मी मारे भीतर दर रह गई एक ऊ बाबा बजा होगा लोटा में हाथ में करमंडल होगा रे हाथ में ताला अरे 24 घंटे में से 18 घंटे बिजली किसानों को दे रही सरकार 24 घंटे में से 18 घंटे बिजली तो मायावती ने भी दी दिन ना कौन सा नेरी दे दी ਹਾਂ ਜਿੰਦਾ ਤੁਹਾਨੂੰ ਕਹਾ ਕਾਵਾਂਗੇ ਤੋ ਯੋਗੀ ਹੀ ਕੌਣ ਕਹਾ ਆਮਾ ਬਤਾਓ ਕਿੰਨਾ ਕਹਾ ਨੂੰ ਕਾਮ ਅਗਬਾ ਯੋਗੀ ਆਵਾਗਾ ਹਮ ਕਹਾਂਗੇ ਰਾਸ਼ਟਰੀ ਲੋਕ ਦਲ ਅਰ ਸਭਾ ਦਾ ਗਠਬੰਧਨ ਆਵਾਗਾ ਪਤਾ ਕੌਣ ਦਾ ਲੈ ਬੀਜੇਪੀ ਨਾ ਨੂੰ ਕਾ ਜਨ ਇਸਾ ਜੋ ਅੰਦਾ ਹੁਕਮ ਸਿੰਘ ਵਿਧਾਇਕ ਬਣੇ ਦੇ ਕੱਲ ਲਗਾ ਸਾ 60 ਸਾਲ ਲੈ ਮਜਾਰਾ 60 ਸਾਲ ਲੈ ਮਾ ਦਿਮਾਗ ਹੀ ਕੰਮ ਨਹੀਂ ਕਰਦਾ ਉਹਦਾ ਕੌਣ ਦਾ ਬੱਦੀਆ ਦਾਸ ਹੈ ਸੰਗ ਵਾਲੇ ਬਣੇ ਦੇ ਉਹ ਜਿਹੜਾ ਸੰਗ ਦਾ ਬਹਿਰ ਦਾ मेरे भाई एक अगर अखिलेश और जैन चौधरी की जोड़ी उत्तर प्रदेश तो में आएगी तो गुंडागर्दी फिर शुरू हो जाएगी में प्लान हो जाएगा कि हर प्लान किसका नहीं हुआ प्लान था बीजेपी ने सब बीजेपी ने किसानों का ही पलान कर दिया हाँ बीजेपी ने था किसानों का ही पलान कर दिया एक वो काटा टूट रहा अरे पता नहीं कहा रास्ता नहीं हुआ तो बीजेपी को हमको कर वोट देते भले आदमी ये करेगा पच्चीस दिन पच्चीस रूपए दिए कैक साल में कैक साल में बढ़ाए हाँ बताओ कैक साल में बढ़ाए हाँ हम तो गठबंधन को वोट दे रहे क्या तो गठबंधन के गठबंधन को गठबंधन को देंगे इसके बाद एक किसान से बात की जिन्होंने विधानसभा चुनाव को लेकर और जो यहाँ से प्रत्याशी चुनाव मैदान में है उनको लेकर अपनी बेबाक राय रखने का काम किया है